ਇੰਸਟੀਚਿਊਟ ਆਫ ਕਾਸਟ ਅਕਾਊਂਟੈਂਟ ਆਫ ਇੰਡੀਆ ਵੱਲੋਂ ਲਾਗਤ ਸ਼ਾਸਨ ਅਤੇ GST ਆਡਿਟ ਵਿਸ਼ੇ ਤੇ ਇੱਕ ਸੈਮੀਨਾਰ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮੁੱਖ ਤੌਰ ਤੇ CMA ਬਲਵਿੰਦਰ ਸਿੰਘ, ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਆਪਣੇ ਵਿਚਾਰਾਂ ਦੀ ਸਾਂਝ ਕੀਤੀ। ਸੈਮੀਨਾਰ ਨੂੰ ਲੁਧਿਆਣਾ ਚੈਪਟਰ ਆਫ ਕਾਸਟ ਅਕਾਊਂਟੈਂਟ, ਕਾਸਟ ਅਕਾਊਂਟੈਂਟ ਸਟੈਂਡਰਡ ਬੋਰਡ ਅਤੇ CPD ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ। ਇਸ ਮੌਕੇ ਲੁਧਿਆਣਾ ਚੈਪਟਰ ਦੇ ਚੇਅਰਮੈਨ ਹਰਮੀਤ ਬਾਵਾ, ਵਾਈਸ ਚੇਅਰਮੈਨ ਗੁਰਜੰਟ ਸਿੰਘ, ਸੈਕਟਰੀ ਜਗਦੀਸ਼ ਸ਼ਰਮਾ, ਕਮੇਟੀ ਮੈਂਬਰ ਵਿਕਾਸ ਮੌਦਗਿਲ, ਮੋਨਿਕਾ ਦੁੱਗਲ, ਮਨਪ੍ਰੀਤ ਕੌਰ ਵੀ ਹਾਜ਼ਰ ਸਨ। ਆਓ ਜਾਣਦੇ ਹਾਂ ਕੀ ਕਹਿਣਾ ਹੈ ਐਕਸਪਰਟਸ ਦਾ। ਸਾਡੀ ਜੋ ਸੰਸਥਾ ਹੈ ਦ ਇੰਸਟੀਚਿਊਟ ਆਫ ਕਾਸਟ ਅਕਾਊਂਟੈਂਟਸ ਆਫ ਇੰਡੀਆ 1944 ਚ ਬਣੀ ਸੀ ਤੇ 1959 ਵਿਚ ਸਰਕਾਰ ਨੇ ਇਹਨੂੰ ਪਾਰਲੀਮੈਂਟ ਦੇ ਤਹਿਤ ਇਹਨੂੰ ਸਰਕਾਰੀ ਆਰਗੇਨਾਈਜ਼ ਬਣਾਇਆ ਸੀ। ਮੈਂ ਇਸ ਸੰਸਥਾ ਦਾ ਆਲ ਇੰਡੀਆ ਚ ਵਾਈਸ ਪ੍ਰਧਾਨ ਹਾਂ ਤੇ ਅੱਜ ਜਿਹੜਾ ਪ੍ਰੋਗਰਾਮ ਹੈ ਇਹ ਕਾਸਟ ਗਵਰਨੈਂਸ ਬਾਰੇ ਹੈ। ਇੰਡੀਆ ਚ ਜੋ ਅੱਜ ਦੀ ਡੇਟ ਚ ਮਾਰਕੀਟ ਦੀ ਸੈਲਿੰਗ ਪ੍ਰਾਈਸ ਚੱਲ ਰਹੀ ਹੈ ਪ੍ਰੋਡਕਟਸ ਦੀ ਸਾਰੀ, ਉਹ ਸਾਰੇ ਹੀ ਕੰਪੀਟੀਸ਼ਨ ਦੇ ਆਧਾਰ ਤੇ ਚੱਲ ਰਹੀ ਹੈ ਦੂਸਰੀ ਕੰਪਨੀ ਦੇ ਹਿਸਾਬ ਨਾਲ। ਤੇ ਅੱਜ ਦੀ ਡੇਟ ਚ ਅਗਰ ਤੁਸੀਂ ਪ੍ਰੋਫਿਟ ਕੱਢਣਾ ਤੇ ਸ਼ਾਇਦ ਮਾਰਕੀਟ ਪ੍ਰਾਈਸ ਅਸੀਂ ਨਹੀਂ ਵਧਾ ਸਕਦੇ, ਸਾਨੂੰ ਕਾਸਟ ਨੂੰ ਘਟਾਉਣਾ ਪਏਗਾ, ਕਾਸਟ ਠੀਕ ਢੰਗ ਨਾਲ ਕੱਢਣੀ ਪਏਗੀ। ਤੇ ਕਾਸਟ ਕਿਸ ਤਰ੍ਹਾਂ ਕੱਢੀ ਜਾਂਦੀ ਹੈ ਉਹਦੇ ਇੱਕ ਸਟੈਂਡਰਡਾਈਜ਼ ਰੂਲਸ ਹੈ, ਪ੍ਰੋਸੀਜਰ ਹੈ, ਸਿਸਟਮ ਹੈ ਜੋ ਸਾਡੀ ਸੰਸਥਾ ਪਿਛਲੇ  75 ਸਾਲ ਤੋਂ ਬਣਾਉਂਦੀ ਆ ਰਹੀ ਹੈ। ਤੇ ਉਹ ਰੂਲ ਰੈਗੂਲੇਸ਼ਨ ਹਰ ਸਾਲ ਇੰਪਰੂਵ ਵੀ ਹੋ ਰਹੀ ਹੈ, ਨਵੇਂ ਵੀ ਆਉਂਦੇ ਹੈ। ਤੇ ਜੋ ਵੀ ਪਿਛਲੇ ਸਾਲ ਵਿੱਚ ਨਵੇਂ ਰੂਲ ਕਾਸਟਿੰਗ 'ਚ ਨਵੇਂ ਟੈਕਨੀਕਸ ਆਈਆਂ ਸੀ ਮੈਨੇਜਮੈਂਟ ਅਕਾਊਂਟਿੰਗ ਦੀਆਂ, ਕਾਸਟਿੰਗ ਦੀਆਂ, ਉਹ ਸਾਰੇ ਸਿਖਾਉਣ ਵਾਸਤੇ ਪੂਰੇ ਹਿੰਦੁਸਤਾਨ ਵਿੱਚ ਇਹ ਸੀਰੀਜ਼ ਕਰ ਰਹੇ ਹਾਂ, ਜਿਹਦੇ 'ਚ ਇਹ ਤੀਸਰਾ ਪ੍ਰੋਗਰਾਮ ਅੱਜ ਚੰਡੀਗੜ੍ਹ ਤੋਂ ਬਾਅਦ, ਬੈਂਗਲੌਰ ਤੋਂ ਬਾਅਦ ਤੀਜਾ ਪ੍ਰੋਗਰਾਮ ਲੁਧਿਆਣਾ 'ਚ ਕਰ ਰਹੇ ਹਾਂ ਤਾਂ ਕਿ ਇਸ ਕਾਸਟਿੰਗ ਦੇ ਟੈਕਨੀਕ ਸਾਰੀ ਇੰਡਸਟਰੀ ਤੱਕ ਕਾਸਟ ਕੌਂਟਰ ਤੱਕ ਪਹੁੰਚਾਈਆਂ ਜਾਣ ਤਾਂ ਕਿ ਕਾਸਟ ਇੱਕ ਠੀਕ ਢੰਗ ਨਾਲ ਸਟੈਂਡਰਡਾਈਜ਼ ਢੰਗ ਨਾਲ ਕੱਢੀ ਜਾਵੇ। ਜਬ ਹਿੰਦੁਸਤਾਨ ਆਜ਼ਾਦ ਹੋਆ ਥਾ 1947 ਮੇਂ, ਹਮਾਰੀ ਪਾਪੂਲੇਸ਼ਨ ਲਗਭਗ 35 ਕਰੋੜ ਥੀ। ਆਜ ਹਮਾਰੀ ਪਾਪੂਲੇਸ਼ਨ 125 ਕਰੋੜ ਸੇ ਉੱਪਰ ਪਹੁੰਚ ਰਹੀ ਹੈ ਔਰ ਜੋ ਹਮਾਰੇ ਨੇਚੁਰਲ ਰਿਸੋਰਸਿਸ ਹੈ ਵੋ ਧੀਰੇ ਧੀਰੇ ਕਮ ਹੋ ਰਹੇ ਹੈ। ਨੇਚੁਰਲ ਰਿਸੋਰਸਿਸ ਕੋ ਹਮ ਆਪਟੀਮਿਜ਼ ਯੂਟੀਲਾਈਜ਼ ਕਰਨਾ ਨਹੀਂ ਸਿੱਖੇਂਗੇ ਤੋ ਆਗੇ ਕੇ ਲਈ ਹਮੇ ਕੰਪਟੀਸ਼ਨ ਹੈ। ਦੂਸਰਾ, ਹਮਾਰੀ ਆਜ ਕੀ ਡੇਟ ਮੇਂ ਇਕਨੋਮੀ ਬਹੁਤ ਜ਼ਿਆਦਾ ਇੰਪੋਰਟਿਡ ਪ੍ਰੋਡਕਟਸ ਪੇ ਡਿਪੈਂਡੈਂਟ ਹੈ, ਚਾਹੇ ਵੋ ਡਿਫੈਂਸ ਆਈਟਮ ਹੈ ਜਾਂ ਪੈਟਰੋਲ ਕੇ ਜਾਂ ਦੂਸਰੇ ਹੈ। ਹਮਾਰਾ ਜੋ ਆਬਜੈਕਟਿਵ ਹੈ ਸੰਸਥਾ ਕਾ ਕਿ ਹਮ ਕਿਸ ਤਰ੍ਹਾਂ ਸੇ ਸੰਸਾਧਨ ਕਾ ਸਦਉਪਯੋਗ ਕਰਤੇ ਹੋਏ ਔਰ ਉਸਕੋ ਬੈਟਰ ਤਰੀਕੇ ਸੇ ਗਲੋਬਲ ਕੰਪਟੀਸ਼ਨ ਕੋ ਫੇਸ ਕਰ ਸਕੇ ਤੋ ਹਮ ਲੋਕ ਕਿਸ ਤਰ੍ਹਾਂ ਸੇ ਇਸਕੋ ਇਨਕਲਕੇਟ ਕਰ ਸਕਤੇ ਕਾਰਪੋਰੇਟ ਕੇ ਮਾਧਿਅਮ ਸੇ ਔਰ ਇੰਡੀਵਿਜੁਅਲ ਕੇ ਮੈਂਬਰ ਪੇ, ਉਸਕੋ ਸਿਖਾਨੇ ਬਤਾਨੇ ਕੇ ਲਈ ਅੱਜ ਕੇ ਪ੍ਰੋਗਰਾਮ ਕੋ ਕੀਆ ਗਿਆ। ਅੱਜ 16 ਨਵੰਬਰ ਨੂੰ ਸਾਡੇ ਇੱਥੇ ਹੋਟਲ ਨਾਗਪਾਲ 'ਚ ਇੱਕ ਸੈਮੀਨਾਰ ਔਰਗਨਾਈਜ਼ ਕੀਤਾ ਗਿਆ ਔਨ ਕਾਸਟ ਗਵਰਨੈਂਸ ਐਂਡ GST ਆਡਿਟ ਤੇ, ਅਤੇ ਬਹੁਤ ਖੁਸ਼ੀ ਦੀ ਗੱਲ ਹੈ ਇੱਥੇ ਕਿ ਨੈਸ਼ਨਲ VP ਵਾਈਸ ਪ੍ਰੈਜ਼ੀਡੈਂਟ ICICMA ਉਹ ਇੱਥੇ ਪਧਾਰੇ ਹੈ ਅਤੇ ਉਹਨਾਂ ਨੇ ਸਾਨੂੰ ਬਹੁਤ ਸਨਮਾਨਿਤ ਕੀਤਾ, ਬਹੁਤ ਅੱਛਾ ਲੱਗਿਆ ਕਿ ਉਹ ਇੱਥੇ ਆਏ। ਉਹਨਾਂ ਨੇ ਕਾਸਟਿੰਗ ਦੇ ਬਾਰੇ ਬਹੁਤ ਵਧੀਆ ਗੱਲਾਂ ਕੀਤੀਆਂ। ਉਸ ਤੋਂ ਬਾਅਦ ਇੱਕ ਰੋਬਿਨ ਸਿੰਘ ਹੈ ਸਾਡੇ ਜੋ ਸਪੀਕਰ, ਐਮੀਨੈਂਟ ਸਪੀਕਰ, ਚੇਅਰਮੈਨ ਲੁਧਿਆਣਾ ਨੋਇਡਾ ਚੈਪਟਰ ਦੇ, ਉਹਨਾਂ ਨੇ ਵੀ ਸਾਨੂੰ ਬਹੁਤ ਚੀਜ਼ਾਂ ਦੱਸੀਆਂ ਅਬਾਊਟ GST ਆਡਿਟ ਐਂਡ ਐਨੂਅਲ ਰਿਟਰਨ ਕਿ ਸਾਨੂੰ ਕਿੱਦਾਂ ਕਿੱਦਾਂ ਕੀ ਚੇਂਜਿਸ ਆਈਆਂ GST ਵਿੱਚ, ਕਿੰਨੀ ਨੋਟੀਫਿਕੇਸ਼ਨ ਆ ਚੁੱਕੀਆਂ ਨੇ। ਅਤੇ ਬਲਵਿੰਦਰ ਜੀ ਨੇ ਵੀ ਬਹੁਤ ਕੁਛ ਸਾਨੂੰ ਜਾਗਰੂਕ ਕੀਤਾ ਅਬਾਊਟ ਕਾਸਟਿੰਗ, ਬਿਕੋਜ਼ ਬੜਾ ਇੱਕ ਅਲੱਗ ਜਿਹਾ ਏਰੀਆ ਹੈ ਕਾਸਟਿੰਗ ਦਾ ਜਿਹਦੇ ਬਾਰੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਸੋ ਉਹਨਾਂ ਬਾਰੇ ਦੱਸਿਆ, ਕਾਸਟਿੰਗ, ਨਿਊ ਕਾਸਟਿੰਗ ਸਟੈਂਡਰਡਸ ਬਾਰੇ ਦੱਸਿਆ, ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਐਂਡ ਸਾਡੇ ਅਖਿਲੇਸ਼ ਬੁੱਚਰ ਜੀ ਸਾਡੇ ਸੀਨੀਅਰ ਮੈਂਬਰ ਹੈ CMA ਦੇ, ਸੋ ਇੱਕ ਉਹ ਵੀ ਤੁਹਾਨੂੰ ਕੁਛ ਦੱਸਣਾ ਚਾਹਣਗੇ। ਕਾਸਟਿੰਗ ਸਟੈਂਡਰਡ ਜਿਹੜੇ ਹੈਗੇ ਆ ਉਹ ਜ਼ਰੂਰੀ ਇਸ ਕਰਕੇ ਹੈਗੇ ਆ ਕਿਉਂਕਿ ਜਿਹੜੇ ਸਟੈਂਡਰਡ ਕਾਸਟਿੰਗ ਸ਼ੀਟਸ ਬਣਾਉਣ ਵਾਲੇ ਔਰ ਸਮਝਣ ਵਾਲੇ ਉਹਨਾਂ ਦੋਨਾਂ ਨੂੰ ਇੱਕੋ ਚੀਜ਼ ਸਮਝੀ ਜਾਵੇ ਜਿਹਦੇ ਨਾਲ ਕੋਈ ਕਨਫਿਊਜ਼ਨ ਨਾ ਹੋਵੇ। ਇਸ ਕਰਕੇ ਕਾਸਟਿੰਗ ਸਟੈਂਡਰਡ ਬਣਾਇਆ ਗਿਆ ਔਰ ਇਸੀ ਕਰਕੇ ਇਹਦਾ ਇਸ ਪ੍ਰੋਗਰਾਮ ਦਾ ਜੋ ਓਬਜੈਕਟਿਵ ਸੀਗਾ ਉਹ ਵੀ ਇਹੀ ਸੀਗਾ ਕਿ ਵੀ ਜਿੰਨੇ ਵੀ ਮੈਂਬਰਸ ਹੈਗੇ ਕਾਸਟ ਅਕਾਊਂਟੈਂਟ ਇਨ ਪ੍ਰੈਕਟਿਸ ਹੈ ਉਹ ਇਹ ਕਾਸਟ ਸਟੈਂਡਰਡਸ ਨੂੰ ਸਮਝਣ ਔਰ ਲੋਕਾਂ ਨੂੰ ਵੀ ਸਮਝਾਉਣ ਔਰ ਜਿਹੜੇ ਵੀ ਕੰਪਨੀਜ਼ ਦੇ ਵਿੱਚ ਉਹ ਆਡਿਟ ਕਰਦੇ ਹੈਗੇ ਆ ਉਹਨਾਂ ਨੂੰ ਵੀ ਉਸ ਚੀਜ਼ ਦੱਸਣ। ਥੈਂਕ ਯੂ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।